नमस्कार दोस्तों, आप देख रहे हैं सटी हलचल। मैं हूं आपके साथ अशोक चोपड़ा। नंगल में बीबीएमबी हॉस्पिटल के एक सर्जन डॉक्टर संदीप के साथ बीबीएमबी के ही एक कर्मचारी संगठन के नेताओं पर कथित तौर पर मारपीट करने के आरोप लगे हैं और मामला हॉस्पिटल के पीएमओ, बीबीएमबी के मुख्य अभियंता और नंगल पुलिस तक पहुंच चुका है। इस मामले की जांच भी शुरू हो चुकी है, जबकि हॉस्पिटल के डॉक्टर अपने साथी के साथ हुई धक्का मुक्की के उपरांत हड़ताल पर चले गए हैं और इस मामले के गरमाने के भी आसार पूरी तरह बने हुए हैं। इस बारे में जब डॉक्टर संदीप से बात की गई तो उन्होंने कहा कि एक व्यक्ति किसी बिल पर साइन करवाने दे गया था, लेकिन व्यस्तता के कारण उस बिल पर साइन नहीं कर पाया, तो आज उसका 4 बड़े ऑपरेशन करने का दिन था और ओपीडी करने के उपरांत वह जैसे ही ऑपरेशन रूम की ओर जाने लगा तो उक्त व्यक्ति ने बिल साइन करने के बारे में पूछा, तो मैंने कहा कि आज पूरा दिन व्यस्त हूँ, कल कर दूंगा। और इसी दौरान जूनियर नेता विनोद भट्टी और राजा सिंह ने आकर धक्का मुक्की और मारपीट करना शुरू कर दिया, जिसकी शिकायत बीबीएमबी हॉस्पिटल की पीएमओ, बीबीएमबी के मुख्य अभियंता सीपी सिंह और नंगल पुलिस के पास कर दी गई है। डॉक्टर संदीप ने इन लोगों के खिलाफ कड़ी कार्रवाई की मांग की है ताकि आगे से कोई भी ड्यूटी के दौरान डॉक्टरों से इस तरह की धक्का मुक्की और मारपीट ना कर सके। क्या कहा डॉक्टर संदीप ने पहले जे सुने। मैं अज सवेरे 8 बजे ओपीडी विच आ गया सीगा, 8 तो लैके 10 बजे तक मेरी ओपीडी सी। अज मेरे 4 मेजर ऑपरेट सीगे, जिदे विच एक लैपरोटमी सीगी, किसी मरीज़ की पेट की आंत रुकी हुई सी, उहदा एक वड्डा ऑपरेशन करना सीगा। ते कल भी मेरी जिहड़ी अपने ओटी है वह अपने की कहिंदे हुंदे शामी 6 बजे ख़त्म हुई सीगी। ਅਤੇ ਕੱਲ੍ਹ ਦਾ ਦਿਨ ਵੀ ਮੇਰਾ ਵਿਅਸਤ ਸੀ ਅਤੇ ਅੱਜ ਦਾ ਦਿਨ ਵੀ ਮੇਰਾ ਪਲੈਨ ਸਾਰਾ ਓਪਰੇਸ਼ਨ ਡੇ ਹੀ ਸੀ ਅੱਜ ਮੇਰਾ। ਅਤੇ ਕੱਲ੍ਹ ਕੋਈ ਮੇਰੇ ਪਿੱਛੋਂ ਕੋਈ ਬਿੱਲ ਵਗੈਰਾ ਸਾਈਨ ਕੋਈ ਕਰਵਾਉਣ ਆਏ ਹੋਣੇ ਆ ਅਤੇ ਮੈਂ ਇੱਥੇ ਅਵੇਲੇਬਲ ਨਹੀਂ ਸੀ, ਉਹ ਆਪਣਾ ਬਿੱਲ ਜਿਹੜਾ ਹੈਗਾ ਉਹ ਇੱਥੇ ਛੱਡ ਗਏ ਸੀਗੇ। ਅਤੇ ਉਹ ਜੇ ਵੀ ਮੈਂ ਆਪਣੀ ਓ ਪੀ ਡੀ ਖਤਮ ਕਰਕੇ ਚੱਲਾਂ ਅਤੇ ਉਸ ਤੋਂ ਬਾਅਦ ਮੈਂ ਆਪਣੇ ਓ ਪੀ ਡੀ ਦੇ ਕਮਰੇ 'ਚੋਂ ਬਾਹਰ ਨਿਕਲਿਆ ਅਤੇ ਇੱਕ ਬੰਦਾ ਆਇਆ ਕਿ ਡਾਕਟਰ ਸਾਹਿਬ ਮੈਂ ਇੱਕ ਬਿੱਲ ਜਿਹੜਾ ਸੀ ਉਹ ਸਾਈਨ ਕਰਨ ਲਈ ਤੁਹਾਡੇ ਕੋਲ ਦੇ ਗਿਆ ਸੀਗਾ। ਅਤੇ ਮੈਂ ਉਹਨੂੰ ਬੜੇ ਪਿਆਰ ਨਾਲ ਕਿਹਾ ਕਿ ਬਾਈ ਮੇਰੇ ਧਿਆਨ ਦੇ ਵਿੱਚ ਨਹੀਂ ਹੈ, ਠੀਕ ਹੈ ਨਾ, ਹੈ ਨਾ, ਅਤੇ ਮੈਂ ਇੱਕ ਮੇਜਰ ਓਪਰੇਸ਼ਨ ਕਰਨ ਜਾ ਰਿਹਾ ਹੈ ਅਤੇ ਤੁਸੀਂ ਕੀ ਕਹਿੰਦੇ ਹੁੰਦੇ, ਪਲੀਜ਼ ਰਿਕੁਐਸਟ ਹੈ ਕੱਲ੍ਹ ਨੂੰ ਜੋ ਵੀ ਹੋਊਗਾ ਮੈਂ ਤੁਹਾਡਾ ਕਰ ਦੂੰਗਾ, ਠੀਕ ਹੈ। ਬਸ ਇੰਨੀ ਗੱਲ ਹੋਈ ਅਤੇ ਉਹ ਮੈਂ ਹਾਲੇ 4 ਕਦਮ ਹੀ ਪੱਟੇ ਸੀਗੇ, ਇੱਥੇ ਕੋਈ ਯੂਨੀਅਨ ਦੇ ਬੰਦੇ ਆਏ ਮੇਰੇ ਕੋਲ, ਰਾਜਾ ਇੱਕ ਅਤੇ ਨਾਲ ਵਿਨੋਦ ਭੱਟੀ, ਇਹਨਾਂ ਨੇ ਮੇਰੇ 'ਤੇ ਹਮਲਾ ਕੀਤਾ ਔਰ ਕੀ ਕਹਿੰਦੇ ਉਹਨੇ ਮੇਰੇ ਨਾਲ ਮੈਨ ਹੈਂਡਲਿੰਗ ਕੀਤੀ ਔਰ ਮੇਰੇ ਉੱਤੇ ਇਹਨਾਂ ਨੇ ਹੱਥ ਚੱਕਿਆ। ਇਹ ਪਹਿਲਾਂ ਹੀ ਪਲੈਨ ਕਰਕੇ ਆਏ ਹੋਏ ਸੀ ਸਾਰਾ ਕੁਝ, ਠੀਕ ਹੈ। ਇਹਨਾਂ ਦਾ ਆਈ ਡੋਂਟ ਨੋ ਕੀ ਮੋਟਿਵ ਸੀਗਾ, ਹੈ ਨਾ, ਔਰ ਕੀ ਕਹਿੰਦੇ ਹੁੰਦੇ ਆ, ਇੱਥੇ ਦੇ ਜੋ ਵੀ ਮੇਰੀ ਓ ਪੀ ਡੀ ਦੇ ਵਿੱਚ ਆਸ ਪਾਸ ਲੋਕ ਖੜ੍ਹੇ ਸੀ ਦਿਖਾਉਣ ਲਈ ਮੈਨੂੰ ਖੜ੍ਹੇ ਸੀਗੇ, ਉਹ ਇਸ ਚੀਜ਼ ਦੇ ਗਵਾਹ ਨੇ ਕਿ ਇਹਨਾਂ ਨੇ, ਡਾਕਟਰ ਸਾਹਿਬ ਬਾਹਰ ਨਿਕਲੇ ਤਾਂ ਇਹਨਾਂ ਨੇ ਇੱਕਦਮ ਅਚਾਨਕ ਡਾਕਟਰ ਸਾਹਿਬ 'ਤੇ ਹਮਲਾ ਕੀਤਾ। ਮੇਰੇ ਵੱਲੋਂ ਪੁਲਿਸ ਨੂੰ ਰਿਕੁਐਸਟ ਦਿੱਤੀ ਗਈ ਹੈ ਕਿ FIR ਲਾਂਚ ਕੀਤੀ ਜਾਵੇ ਇਹਨਾਂ ਦੇ ਖਿਲਾਫ਼। ਦੇਖੋ, ਇੱਕ ਤਰ੍ਹਾਂ ਦੀ ਮੈਨੂੰ ਇਹ ਗੁੰਡਾਗਰਦੀ ਲੱਗੀ, ਇਹ ਚੀਜ਼ ਗਲਤ ਹੈ, ਠੀਕ ਹੈ ਨਾ, ਕਿ ਨਾ ਮੇਰਾ ਇਹਨਾਂ ਨਾਲ ਕੋਈ ਇਸ਼ੂ ਹੈਗਾ ਨਾ ਕੋਈ ਹੈਗਾ, ਤੁਸੀਂ ਇਵੇਂ ਤਾਂ ਕੋਈ ਵੀ ਸੇਫ ਨਹੀਂ ਹੈਗਾ। ਹਾਂਜੀ, ਮੈਂ BBMB ਦੇ ਉੱਚ ਅਧਿਕਾਰੀ, ਆਪਣੇ PMO ਮੈਡਮ, ਆਪਣੇ ਚੀਫ ਸਰ ਸਾਰਿਆਂ ਨੂੰ ਔਰ ਜਿਹੜੇ ਦੂਸਰੇ ਆਪਣੇ ਐਡੀਸ਼ਨਲ ਚੀਫ ਨੇ ਉਹਨਾਂ ਨੂੰ ਵੀ ਮੈਂ ਸਾਰੀ ਇਹ ਆਪਣਾ ਬਿਆਨ ਕਰ ਚੁੱਕਾ ਹੈ ਕਿ ਮੇਰੇ ਨਾਲ ਇੱਦਾਂ ਹੋਇਆ ਹੈ। ਦੇਖੋ, BBMB ਹੋਸਪਿਟਲ ਦੇ ਵਿੱਚ ਐਟਲੀਸਟ ਮੇਰੇ 40 ਤੋਂ 50 ਮਰੀਜ਼ ਦਾਖਲ ਹੁੰਦੇ ਰਹਿੰਦੇ ਨੇ, ਮੈਂ ਬੜੀ ਇਮਾਨਦਾਰੀ ਦੇ ਨਾਲ ਇੱਥੇ ਦਿਨ ਰਾਤ ਸੇਵਾਵਾਂ ਦਿੰਦਾ ਹਾਂ।
ਈਵਨ ਕਿ ਕੋਈ ਵੀ ਔਖਾ ਸੌਖਾ ਕੇਸ ਹੋਵੇ, ਮੈਂ ਉਹਨੂੰ ਹਮੇਸ਼ਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਜੇ ਮੇਰੇ ਨਾਲ ਹੀ ਇਹ ਸਭ ਕੁਛ ਹੋ ਰਿਹਾ ਹੈ ਤਾਂ ਇਹ ਚੀਜ਼ ਮੈਨੂੰ ਗਲਤ ਲੱਗੀ। ਸਰ ਉਹ ਕਹਿੰਦੇ ਡਾਕਟਰ ਸਾਹਿਬ ਜਲਦੀ ਹਾਈਪਰ ਹੋ ਜਾਂਦੇ ਕਿਉਂਕਿ ਕਰਮਚਾਰੀ ਸਰ ਇਹੋ ਜਿਹੀ ਤਾਂ ਮੇਰੀ ਗੱਲ ਸੁਣੋ, ਹੁਣ ਗੱਲ ਇਹ ਹੈ ਕਿ ਉਹ ਤਾਂ ਇਹ ਵੀ ਕਹਿ ਰਹੇ ਨੇ ਡਾਕਟਰ ਸਾਹਿਬ ਗਲਤੀ ਹੋ ਗਈ, ਕੰਪਰੋਮਾਈਜ਼ ਕਰ ਲਓ, ਠੀਕ ਹੈ ਨਾ। ਇਹ ਤਾਂ ਮਤਲਬ ਕਿ ਉਹ ਕੀ ਕਹਿੰਦੇ ਹੁੰਦੇ ਨਾ ਕਿ ਹੁਣ ਮਤਲਬ ਕਿ ਇਹ ਹੁਣ ਤਾਂ ਹੁਣ ਐਗਜ਼ਿਟ ਵਾਲੇ ਬਹਾਨੇ ਨੇ, ਠੀਕ ਹੈ ਨਾ, ਕਿ ਤੁਸੀਂ ਉਹਨਾਂ ਨੂੰ ਦੱਸੋ ਕਿ ਇਹਨਾਂ ਨੇ ਥੱਪੜ ਮਾਰਿਆ, ਹੈ ਨਾ। ਹੁਣ ਬੀ ਬੀ ਐਮ ਬੀ ਦੇ ਸਾਰੇ ਡਾਕਟਰਸ ਜਿਹੜੇ ਹੈਗੇ ਐਮਰਜੈਂਸੀ ਐਜ਼ ਵੈਲ ਐਜ਼ ਓ ਪੀ ਡੀ ਔਰ ਆਈ ਪੀ ਡੀ ਸਾਰਾ ਕੁਛ ਜਿਹੜਾ ਹੈਗਾ ਉਹ ਇਨਡੈਫੀਨੇਟਲੀ ਸਟ੍ਰਾਈਕ 'ਤੇ ਜਾ ਚੁੱਕਾ ਹੈ। ਮੈਂ ਕੰਮ ਨਹੀਂ ਕਰ ਰਿਹਾ, ਮੈਂ ਜਸਟ ਆਪਣੇ ਔਫਿਸ ਵੈਸੇ ਬੈਠਾ ਹੋਇਆ ਹਾਂ, ਠੀਕ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਥੋੜ੍ਹਾ ਜਿਹਾ ਇਸ 'ਤੇ ਸਟ੍ਰਿਕਟ ਜਿਹੜਾ ਹੈਗਾ ਉਹ ਐਕਸ਼ਨ ਲਿਆ ਜਾਵੇ। ਤਾਂ ਮੈਂ ਸਿਰਫ ਵੇਟ ਹੀ ਕਰ ਰਿਹਾ ਹੈ ਕਿ ਲਾਈਕ ਕਿ ਇਹਨਾਂ ਨੂੰ ਮਤਲਬ ਕਿ ਇੱਦਾਂ ਕਿਸੇ ਗਸਟਡ ਅਫਸਰ 'ਤੇ ਪਲੀਜ਼ ਇੱਦਾਂ ਹੱਥ ਨਹੀਂ ਚੱਕਣਾ ਚਾਹੀਦਾ। ਉਧਰ ਡਾਕਟਰ ਦੁਆਰਾ ਕੀ ਗਈ ਸ਼ਿਕਾਇਤ ਕੇ ਉਪਰੰਤ ਜੂਨੀਅਰ ਨੇਤਾ ਹੋਸਪਿਟਲ ਕੀ ਪੀ ਐੱਮ ਓ ਡਾਕਟਰ ਸ਼ਾਲਨੀ ਚੌਧਰੀ ਸੇ ਮਿਲਨੇ ਪਹੁੰਚੇ ਔਰ ਵਿਸਤਾਰ ਸੇ ਜਾਣਕਾਰੀ ਵੀ ਦੀ ਕਿ ਅਸਲ ਮਾਮਲਾ ਹੈ ਕਿਆ। ਉਧਰ ਪੱਤਰਕਾਰ ਸੇ ਬਾਤ ਕਰਤੇ ਵਿਨੋਦ ਭੱਟੀ ਨੇ ਡਾਕਟਰ ਕੇ ਸਾਥ ਕਿਸੀ ਵੀ ਤਰ੍ਹਾਂ ਕੀ ਮਾਰਪੀਟ ਕਰਨੇ ਕੇ ਆਰੋਪੋ ਕੋ ਨਿਰਾਧਾਰ ਬਤਾਤੇ ਹੋਏ ਕਿਹਾ ਕਿ ਡਾਕਟਰ ਡਿਊਟੀ ਕੇ ਦੌਰਾਨ ਆਪਣੀ ਮਨ ਮਰਜ਼ੀ ਕਰਤਾ ਹੈ ਔਰ ਕੁਛ ਲੋਗੋਂ ਨੇ ਜੂਨੀਅਰ ਨੇਤਾਓਂ ਕੇ ਪਾਸ ਇਸਕੀ ਸ਼ਿਕਾਇਤ ਕੀ ਥੀ ਔਰ ਡਾਕਟਰ ਆਪਣਾ ਕੰਮ ਠੀਕ ਨਹੀਂ ਕਰ ਰਿਹਾ। ਯੂਨੀਅਨ ਕੇ ਮਹਾਸਚਿਵ ਰਾਜਾ ਸਿੰਘ ਨੇ ਜਬ ਡਾਕਟਰ ਸੇ ਬਾਤ ਕਰਨੀ ਚਾਹੀ ਤੋ ਉਲਟਾ ਉਨ੍ਹੋਂਨੇ ਰਾਜਾ ਸਿੰਘ ਕੇ ਸਾਥ ਧੱਕਾ ਮੁੱਕੀ ਕਰਨਾ ਸ਼ੁਰੂ ਕਰ ਦਿਆ। ਕਿਆ ਕਹਾ ਵਿਨੋਦ ਭੱਟੀ ਨੇ ਜੇ ਵੀ ਸੁਣੇ। ਅੱਜ ਕਾਫੀ ਲੋਕ ਇਕੱਠੇ ਹੋਏ ਸੀਗੇ ਹਸਪਤਾਲ ਦੇ ਅੰਦਰ ਔਰ ਇੱਕ ਡਾਕਟਰ ਸੰਦੀਪ ਹੈ ਜਿਹੜਾ ਸਰਜੀਕਲ ਦਾ ਡਾਕਟਰ ਹੈ, ਉਹ ਡਾਕਟਰਾਂ ਦੇ ਉਸ ਡਾਕਟਰ ਦੇ ਖਿਲਾਫ ਕੰਪਲੇਂਟ ਸੀਗੀ ਲੋਕਾਂ ਦੀ ਕਿ ਉਹ ਮਿਸਬਿਹੇਵ ਕਰਦਾ ਲੋਕਾਂ ਦਾ, ਉਹਨੂੰ ਬਦਤਮੀਜ਼ੀ ਨਾਲ ਪੇਸ਼ ਆਉਂਦਾ। ਔਰ ਕੁਛ ਲੋਕ ਇੱਦਾਂ ਦੇ ਸੀਗੇ ਜਿਨ੍ਹਾਂ ਨੇ ਇਹ ਗੱਲ ਕਹੀ ਵੀ ਇਸ ਡਾਕਟਰ ਦੇ ਕਰਕੇ ਸਾਡੇ ਫਾਦਰ ਦੀ ਡੈਥ ਹੋ ਗਈ, ਵੀ ਉਹਨੂੰ ਟਾਈਮ ਨਾਲ ਦੇਖਿਆ ਨਹੀਂ ਹੈ ਜਾਂ ਉਹਨੂੰ ਟ੍ਰੀਟਮੈਂਟ ਨਹੀਂ ਦਿੱਤੀ ਟਾਈਮ ਨਾਲ, ਅਤੇ ਉਹਦੀ ਡੈਥ ਹੋ ਗਈ। ਉਹ ਵੀ ਲੋਕ ਇੱਥੇ ਸੀਗੇ ਔਰ ਕੁਛ ਲੋਕਾਂ ਨੇ ਸ਼ਿਕਾਇਤ ਕੀਤੀ ਸਾਡੇ ਜਨਰਲ ਸੈਕਟਰੀ ਆ ਯੂਨੀਅਨ ਦੇ ਰਾਜਾ ਸਿੰਘ ਜੀ ਉਹਨਾਂ ਕੋਲ, ਅਤੇ ਰਾਜਾ ਸਿੰਘ ਜੀ ਉਹਨਾਂ ਕੋਲ ਗਏ ਡਾਕਟਰ ਸਾਹਿਬ ਕੋਲ ਵੀ ਡਾਕਟਰ ਸਾਹਿਬ ਇੱਦਾਂ ਇੱਦਾਂ ਗੱਲ ਹੋਈ ਵੀ ਤੁਸੀਂ ਐਕਟਰ ਕਿਉਂ ਹੋ ਗਏ ਇੰਨੇ। ਉਹ ਸਾਡੇ ਜਿਹੜੇ ਜਨਰਲ ਸੈਕਟਰੀ ਆ ਯੂਨੀਅਨ ਦੇ ਉਹਨਾਂ ਨਾਲ ਵੀ ਮਿਸਬਿਹੇਵ ਕੀਤਾ, ਉਹਨਾਂ ਨਾਲ ਵੀ ਬਦਤਮੀਜ਼ੀ ਕੀਤੀ। ਅਤੇ ਫਿਰ ਉੱਥੇ ਸਾਰਿਆਂ ਨੂੰ ਬੁਲਾਇਆ ਗਿਆ, ਮੈਂ ਵੀ ਆਇਆ ਉੱਥੇ, ਅਤੇ ਡਾਕਟਰ ਸਾਹਿਬ ਆਏ ਤਾਂ ਅਸੀਂ ਡਾਕਟਰ ਸਾਹਿਬ ਨੂੰ ਪੁੱਛਿਆ ਵੀ ਡਾਕਟਰ ਸਾਹਿਬ ਕੀ ਗੱਲ ਹੋ ਗਈ ਇੰਨੇ ਐਪਰ ਹੋ ਗਏ। ਉਹ ਮੇਰੇ ਨਾਲ ਵੀ ਹੱਥੋਂ ਪਾਈ ਹੋਣ ਨੂੰ ਆਹਾ ਹੋ ਗਏ, ਅਤੇ ਸਾਡੇ ਰਾਜਾ ਸਿੰਘ ਜੀ ਨੇ ਉਹਨਾਂ ਨੂੰ ਮਾੜਾ ਜਿਹਾ ਪਿੱਛੇ ਨੂੰ ਕੀਤਾ ਧੱਕਾ ਮਾਰ ਕੇ ਵੀ ਚਲੋ ਲੜਨਾ ਨਹੀਂ ਹੈ ਬਈ ਤੁਸੀਂ ਇੱਦਾਂ ਨਾ ਕਰੋ। ਅਤੇ ਉਹ ਫਿਰ ਡਾਕਟਰ ਸਾਹਿਬ ਚਲ ਗਏ ਪੁਲਿਸ ਸਟੇਸ਼ਨ, ਉਹਨਾਂ ਨੇ ਕੰਪਲੇਂਟ ਕਮਲੂਟ ਕਰਤੀ ਵੀ ਮੈਨੂੰ ਮੁੱਕਾ ਮਾਰਿਆ, ਇਹ ਕੀਤਾ ਵੋ ਕੀਤਾ, ਜਦਕਿ ਐਸਾ ਕੁਛ ਨਹੀਂ ਹੈ। ਇਸੀ ਡਾਕਟਰ ਨੇ ਆਪਣੇ ਸਟਾਫ ਮੈਂਬਰਾਂ ਦੇ ਨਾਲ ਮੈਨ ਹੈਂਡਲਿੰਗ ਕੀਤੀ, ਉਹਨਾਂ ਦੇ ਥੱਪੜ ਮਾਰੇ, ਉਹਨਾਂ ਦੇ ਚਪੇੜਾਂ ਮਾਰੀਆਂ ਦੋ ਤਿੰਨ ਦਿਨ ਪਹਿਲਾਂ। ਅਤੇ ਉਹਨਾਂ ਨੇ ਲੋਕਾਂ ਨੇ ਬਿਆਨ ਦਿੱਤੇ ਪੀ ਐੱਮ ਓ ਸਾਹਿਬ ਨੂੰ ਆ ਕੇ ਆਪਣੇ ਵੀ ਸਾਡੇ ਨਾਲ ਉਹਨੂੰ ਮਿਸਬਿਹੇਵ ਕੀਤਾ, ਸਾਨੂੰ ਥੱਪੜ ਮਾਰੇ ਸਾਡੇ ਲਿਆ, ਵੀ ਚਲੋ ਨੰਗਲ ਹੋਸਪਿਟਲ ਦੇ ਅੰਦਰ ਕੁਛ ਕੰਮ ਹੋਣ ਲੱਗਿਆ, ਲੋਕਾਂ ਨੂੰ ਕੁਛ ਰਾਹਤ ਮਿਲ ਰਹੀ ਹੈ, ਪਰ ਉਹ ਰਾਹਤ ਨਹੀਂ ਮਿਲ ਰਹੀ ਹੈ, ਉਹ ਲੋਕਾਂ ਦੀ ਬਹੁਤ ਵੱਡੀ ਲੁੱਟ ਹੋ ਰਹੀ। ਇੱਕ ਓਪਰੇਸ਼ਨ ਹੋਇਆ ਸੀਗਾ ਪਿੱਠ ਦੇ ਪਿੱਛੇ, ਅਤੇ ਉਹ ਫਰਵਰੀ 'ਚ ਹੋਇਆ ਸੀ ਓਪਰੇਸ਼ਨ ਲਗਭਗ, ਉਹਦੇ ਅੰਦਰ ਇੱਕ ਪੱਟੀ ਰਹਿ ਗਈ ਸੀਗੀ, ਉਹ 5 ਮਹੀਨੇ ਬਾਅਦ ਕੱਢੀ ਗਈ। ਜਦ ਉਸ ਬੰਦੇ ਦਰਦ ਸ਼ੁਰੂ ਹੋ ਗਈ, ਦਰਦ ਹੁੰਦੀ ਰਹੀ, ਉਸ ਬੰਦੇ ਨੇ ਸਾਨੂੰ ਕੰਪਲੇਂਟ ਕੀਤੀ ਸਾਡੇ ਕੋਲ ਆ ਕੇ, ਅਸੀਂ ਫਿਰ ਵੀ ਡਾਕਟਰ ਨੂੰ ਨਹੀਂ ਪੁੱਛਿਆ, ਅਸੀਂ ਬੈਠ ਕੇ ਇੱਕ ਦਿਨ 2.5 ਘੰਟੇ ਬੈਠ ਕੇ ਬੜੀ ਪੋਲਾਈਟਲੀ ਗੱਲ ਕੀਤੀ ਵੀ ਡਾਕਟਰ ਸਾਹਿਬ ਇੱਦਾਂ ਦਾ ਕੰਪਲੇਂਟ ਆਏ ਵੀ ਤੁਸੀਂ ਥੋੜ੍ਹਾ ਜਿਹਾ ਆਪਣਾ ਬਿਹੇਵੀਅਰ ਠੀਕ ਕਰੋ। ਬੜੇ ਵਧੀਆ ਤਰੀਕੇ ਨਾਲ ਉਹਨਾਂ ਨਾਲ ਗੱਲ ਕੀਤੀ, ਪਰ ਉਹ ਬਿਹੇਵੀਅਰ ਠੀਕ ਹੋਣ ਦੀ ਬਜਾਏ ਹੋਰ ਮਾੜਾ ਹੋ ਗਿਆ। ਇੱਥੇ ਤੱਕ ਕਿ ਜਿਹੜੇ ਕੁਛ ਲੇਡੀਜ਼ ਆ ਉਹਨਾਂ ਨਾਲ ਵੀ
ਮਿਸਬਿਹੇਵ ਕੀਤਾ ਉਸ ਬੰਦੇ ਨੇ। ਨਹੀਂ ਅਸੀਂ ਸਾਡਾ ਸਮਝੌਤਾ ਤਾਂ ਹਜੇ ਤੱਕ ਸਾਡਾ ਕੋਈ ਇੱਦਾਂ ਦੀ ਨਹੀਂ ਹੈਗੀ ਵੀ ਅਸੀਂ ਕੋਈ ਸਮਝੌਤੇ ਵੱਲ ਕਿਸੇ ਨਾਲ ਜਾਈਏ ਉਹਦੇ ਨਾਲ। ਅਸੀਂ ਤਾਂ ਚਾਹਵਾਂਗੇ ਕਿ ਜਿਹੜੇ ਉਹਦੀਆਂ ਗਲਤੀਆਂ ਹੈਗੀਆਂ ਉਹ ਆਪਣੀਆਂ ਗਲਤੀਆਂ ਮੰਨੇ ਔਰ ਉਹਨੂੰ ਕਾਰਵਾਈ ਨੂੰ ਆਪਣੀ ਨੂੰ ਦਰੁਸਤ ਕਰੇ। ਹੁਣ ਦਵਾਈਆਂ ਇੰਨੀਆਂ ਕੁਛ ਨਹੀਂ ਲਿਖਦਾ, ਇੱਕ ਓਪਰੇਸ਼ਨ ਜਿਹੜਾ ਹੈ ਟੈਸਟ ਜਿਹੜੇ ਹੋਸਪਿਟਲ ਦੇ ਅੰਦਰ ਹੁੰਦੇ ਉਹਨਾਂ ਨੂੰ ਕਦੀ ਐਕਸੈਪਟ ਹੀ ਨਹੀਂ ਕਰਦਾ ਉਹ ਡਾਕਟਰ, ਉਹ ਬਾਹਰੋਂ ਕਰਵਾਉਂਦਾ ਸਾਰੇ ਉਹ ਰਿਕਮੈਂਡ ਕਰਦਾ ਸਪੈਸ਼ਲ ਇੱਕ ਦੁਕਾਨਦਾਰ ਨੂੰ ਵੀ ਉੱਥੋਂ ਕਰਾ ਕੇ ਲਿਆਓ, ਮੈਡੀਸਨ ਵੀ ਉੱਥੋਂ ਹੀ ਲੈ ਕੇ ਆਓ, ਆਪਣੀ ਮਰਜ਼ੀ ਦੀਆਂ ਮੈਡੀਸਨ ਉੱਥੇ ਰਖਵਾਈਆਂ ਹੋਈਆਂ। ਹਾਂ ਅਸੀਂ ਅਗਲਾ ਕਦਮ ਚੱਕਾਂਗੇ, ਰਿਟਰਨ ਕੰਪਲੇਂਟ ਕਰਾਂਗੇ ਅਸੀਂ, ਜੇ ਉਹ ਪੁਲਿਸ ਸਟੇਸ਼ਨ ਗਿਆ ਤਾਂ ਅਸੀਂ ਵੀ ਜਾਵਾਂਗੇ। ਉਧਰ ਜਬ ਇਸ ਬਾਰੇ ਮੇਂ ਜਾਣਕਾਰੀ ਲੈਣੇ ਹੇਤੁ ਬੀਬੀਐਮਬੀ ਹੋਸਪਿਟਲ ਕੀ ਪੀਐਮਓ ਡਾਕਟਰ ਸ਼ਾਲਨੀ ਚੌਧਰੀ ਸੇ ਬਾਤ ਕੀ ਗਈ ਤੋ ਉਨ੍ਹੋਨੇ ਕਹਾ ਕਿ ਉਨਕੇ ਸਾਹਮਣੇ ਨਾ ਤੋ ਕੋਈ ਮਾਰਪੀਟ ਹੋਈ ਹੈ ਔਰ ਨਾ ਹੀ ਧੱਕਾ ਮੁੱਕੀ। ਉਨ੍ਹੋਨੇ ਡਾਕਟਰ ਸੰਦੀਪ ਦੁਆਰਾ ਇੱਕ ਸ਼ਿਕਾਇਤ ਵਿਭਾਗ ਔਰ ਇੱਕ ਸ਼ਿਕਾਇਤ ਪੁਲਿਸ ਕੋ ਵੀ ਦੇਣੇ ਕੀ ਬਾਤ ਕਹੀ ਔਰ ਮਾਮਲੇ ਕੀ ਜਾਂਚ ਕੀ ਜਾ ਰਹੀ ਹੈ ਔਰ ਦੋਨੋਂ ਪੱਖ ਇੱਕ ਦੂਸਰੇ ਪਰ ਆਰੋਪ ਲਗਾ ਰਹੇ ਹੈ। ਕਿਆ ਕਹਾ ਡਾਕਟਰ ਸ਼ਾਲਨੀ ਚੌਧਰੀ ਨੇ ਜੇ ਵੀ ਸੁਣੇ। ਕੋਈ ਲਫੜਾ ਨਹੀਂ ਥਾ, ਵੋ ਡਿਫਰੈਂਸ ਆਫ ਇੱਕ ਆਪਣਾ ਮਾਇੰਡ ਸੈਟ ਹੋਤਾ ਹੈ, ਕਮਿਊਨੀਕੇਸ਼ਨ ਗੈਪ ਹੋ ਗਿਆ। ਕਿਸੀ ਕੇ ਬਿੱਲ ਨਹੀਂ ਨਿਕਾਲੇ ਥੇ ਕਿਸੀ ਪੇਸ਼ੈਂਟ ਕੇ, ਤੋ ਵੋ ਮੇਰੇ ਕੋ ਬੋਲਨੇ ਆਏ ਥੇ ਕਿ ਹਮਾਰੇ ਬਿੱਲ ਟਾਈਮ ਪੇ ਰਿਲੀਜ਼ ਕੀ ਹੋਏ। ਵੋ ਮੈਨੇ ਡਾਕਟਰ ਸਾਹਿਬ ਕੋ ਕਹਿ ਦਿਆ ਹੈ ਕਿ ਬਿੱਲ ਟਾਈਮ ਪੇ ਰਿਲੀਜ਼ ਕਰੇ ਜਲਦੀ ਸੇ। ਤੋ ਧੱਕਾ ਮੁੱਕੀ ਹੋਈ ਹੈ? ਉਹ ਧੱਕਾ ਮੁੱਕੀ ਮੇਰੇ ਨੌਲੇਜ ਮੇਂ ਨਹੀਂ ਹੈ, ਵੈਸੇ ਬਾਤ ਸੁਣੀ ਸੁਣਾਈ ਹੈ ਕਿ ਧੱਕਾ ਮੁੱਕੀ ਹੋਈ ਹੈ, ਮੇਰੇ ਨਾ ਸਾਹਮਣੇ ਹੋਈ ਨਾ ਮੇਰੇ ਕੋ ਕਿਸੀ ਨੇ ਪ੍ਰਤਿਅਕਸ਼ ਰੂਪ ਸੇ ਬਤਾਇਆ, ਤੋ ਮੈਂ ਇਸ ਬਾਰੇ ਮੇਂ ਤੋ ਕੋਈ ਕਮੈਂਟ ਨਹੀਂ ਕਰ ਸਕਤੀ। ਨਹੀਂ, ਪੁਲਿਸ ਕੇ ਪਾਸ ਕੰਪਲੇਂਟ ਜਾ ਚੁੱਕੀ ਹੈ, ਐਸਾ ਕੁਛ ਆਪਕੇ ਲਿਏ? ਵੋ ਮੇਰੇ ਸਾਹਮਣੇ ਤੋ ਐਸਾ ਕੁਛ ਹੁਆ ਨਹੀਂ ਹੈ, ਲੇਕਿਨ ਡਾਕਟਰ ਸੰਦੀਪ ਗਏ ਥੇ ਵੋ ਪੁਲਿਸ ਕੇ ਪਾਸ ਆਪਣੀ ਕੰਪਲੇਂਟ ਲਾਂਚ ਕਰਵਾਨੇ, ਪਰ ਜਹਾਂ ਤੱਕ ਮੈਨੇ ਸਭ ਕੁਛ ਸੁਣਾ ਹੈ ਮੁਝੇ ਤੋ ਐਸਾ ਹੀ ਪ੍ਰਤੀਤ ਹੁਆ ਕਿ ਕੁਛ ਇਸ਼ੂਜ਼ ਇਨਕੇ ਹੈ ਕੁਛ ਇਸ਼ੂਜ਼ ਉਨਕੇ ਹੈ, ਤੋ ਸਾਥ ਮਿਲ ਬੈਠ ਕਰ ਹਮ ਸੋਲਵ ਕਰ ਲੇਂਗੇ। ਨਹੀਂ, ਐਸੀ ਕੋਈ ਬਾਤ ਨਹੀਂ ਹੋਈ ਹੈ ਕਿ ਕੰਪਰੋਮਾਈਜ਼ ਨਹੀਂ ਹੋ ਸਕੇ। ਦੋ ਤਿੰਨ ਯੂਨੀਅਨਸ ਕੇ ਇਸ਼ੂ ਹੈ ਕਿ ਇਨਕੋ ਮਤਲਬ ਇਨਕੇ ਪੇਸ਼ੈਂਟ ਕੋ ਦੋ ਵਾਰ ਤਿੰਨ ਵਾਰ ਆ ਕੇ ਦੇਖਾ ਨਹੀਂ, ਯਾ ਬਿੱਲ ਨਹੀਂ ਨਿਕਾਲੇ, ਯਾ ਕੁਛ ਦਵਾਈਆਂ ਬਾਹਰ ਕੀ ਲਿਖ ਦੀ, ਤੋ ਵੋ ਹਮ ਸੈਟ ਆਊਟ ਕਰ ਦੇਂਗੇ। ਜਬ ਇਸ ਬਾਰੇ ਮੇਂ ਜਾਣਕਾਰੀ ਲੈਣੇ ਹੇਤੁ DSP ਕੁਲਵੀਰ ਸਿੰਘ ਸੇ ਸੰਪਰਕ ਕੀਆ ਗਿਆ ਤੋ ਉਨ੍ਹੋਨੇ ਸ਼ਿਕਾਇਤ ਮਿਲਨੇ ਕੀ ਪੁਸ਼ਟੀ ਕਰਤੇ ਹੋਏ ਕਹਾ ਕਿ ਡਾਕਟਰ ਸਾਹਿਬ ਕੀ ਸ਼ਿਕਾਇਤ ਕੇ ਆਧਾਰ ਪਰ ਦੋ ਲੋਗੋ ਕੇ ਖਿਲਾਫ਼ ਨਾਮ ਸਹਿਤ ਜਬਕਿ ਕੁਛ ਅਗਿਆਤ ਲੋਗੋ ਕੇ ਖਿਲਾਫ਼ ਮਾਮਲਾ ਦਰਜ ਕੀਆ ਜਾ ਰਹਾ ਹੈ। ਕਿਆ ਕਹਾ DSP ਨੇ, ਆਪ ਖੁਦ ਹੀ ਸੁਣੇ। ਇਹ ਸਰ ਸਾਡੇ ਧਿਆਨ 'ਚ ਹੁਣੇ ਆਇਆ, ਆਪਾਂ ਵਿਜਿਟ ਵੀ ਕਰ ਲਿਆ ਹੋਸਪਿਟਲ BBMB, ਡਾਕਟਰ ਸੰਦੀਪ ਸਿੰਘ ਨੇ ਸਰਜਨ ਨੇ ਅਤੇ ਉਹ ਇੱਥੇ ਲੱਗੇ ਹੋਏ ਨੇ, ਅਤੇ ਉਹਨਾਂ ਦੇ ਕੋਈ ਬਿੱਲ ਵਗੈਰਾ ਨਿਕਲਣੇ ਸੀ, ਡਾਕ ਕੱਢਣੀ ਸੀ ਉਹਨਾਂ ਨੇ ਜਿਵੇਂ ਡੇਲੀ ਕੱਢਦੇ, ਕੋਈ ਇੰਪਲਾਈ ਦੇ ਬਿੱਲ ਸੀ, ਅਤੇ ਉਹ ਅੱਜ ਬਿਜ਼ੀ ਹੋਣ ਦਾ ਕਰਕੇ ਕਹਿੰਦੇ ਵੀ ਮੈਂ OT 'ਚ ਬਿਜ਼ੀ ਸੀ, ਓਪਰੇਸ਼ਨ ਪੇਸ਼ੈਂਟ ਦੇਖ ਰਿਹਾ ਸੀਗਾ, ਅਤੇ ਕੋਈ ਬੰਦੇ ਵਿਨੋਦ ਭੱਟੀ ਨੇ ਅਤੇ ਰਾਜਾ ਇਹ ਕੋਈ ਹੈਗੇ ਇੰਪਲਾਈਜ ਐਸੋਸੀਏਸ਼ਨ ਉਹਨਾਂ ਦੇ ਕੋਈ ਅਹੁਦੇਦਾਰ ਨੇ, ਉਹਨਾਂ ਨੇ ਕਹਿੰਦੇ ਵੀ ਇਹਨਾਂ ਨਾਲ ਕੋਈ ਮਤਭੇਦ ਮਿਸਅੰਡਰਸਟੈਂਡਿੰਗ 'ਚ ਵੀ ਕੰਮ ਹੋਇਆ ਨਹੀਂ ਹੋਇਆ, ਮਤਲਬ ਇਹਨਾਂ ਦੇ ਪਹਿਲੋਂ ਮੰਦਾ ਬੋਲਿਆ ਇਹਨਾਂ ਨੂੰ, ਫਿਰ ਉਹ ਇਹਨਾਂ ਦੇ ਕਹਿਣ ਅਨੁਸਾਰ ਵੀ ਇਹਨਾਂ ਨਾਲ ਹੱਥੋਪਾਈ ਕੀਤੀ ਹੈ, ਰਿਟਨ ਕੰਪਲੇਂਟ ਸਾਡੇ ਕੋਲ ਆ ਗਈ ਹੈ, ਮੁਕੱਦਮਾ ਅਸੀਂ ਦਰਜ ਕਰ ਰਹੇ ਹਾਂ, ਜੋ ਵੀ ਰੈਲੇਵੈਂਟ ਧਾਰਾ ਬਣਦੀਆਂ ਨੇ FIR ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ। ਇਹ ਇਹੀ ਇੱਕ ਤਾਂ ਭੱਟੀ ਨੇ, ਵਿਨੋਦ ਭੱਟੀ ਅਤੇ ਰਾਜਾ ਬਾਈ ਨੇਮ ਨੇ, ਅਤੇ ਬਾਕੀ ਕੋਈ ਅਣਪਛਾਤੇ ਸੀਗੇ, ਉਹ ਆਪਾਂ ਤਫਤੀਸ਼ ਕਲੀਅਰ ਕਰ ਰਹੇ ਹਾਂ। ਮਾਰਕੁੱਟ ਦਾ ਜੋ ਵੀ ਢੁਕਵਾਂ ਬਣਦਾ
ਉਹ ਸਾਰਾ ਆਪਾਂ ਵੇਖ ਲਾਂਗੇ ਜੋ ਵੀ ਮਾਰਕੁੱਟ ਦੀਆਂ ਧਰਾਵਾਂ ਬਣਦੀਆਂ ਨੇ। ਔਨ ਡਿਊਟੀ ਡਾਕਟਰ ਤੇ ਇਸ ਤਰ੍ਹਾਂ ਅਟੈਕ ਕੀਤਾ ਗਿਆ ਜੀ, ਕੋਈ ਸੰਗੀਨ ਮਾਮਲਾ ਬਣਦਾ? ਉਹਦਾ ਆਪਾਂ ਥੋੜਾ ਜਿਹਾ ਵੇਖ ਰਹੇ ਆ ਜੀ, ਆਪਾਂ ਬਿਲਕੁਲ ਬਣਦਾ ਜੋ ਵੀ ਬਣਦਾ ਉਹ ਉਸ ਹਿਸਾਬ ਨਾਲ ਉਹਦੇ ਤੇ ਦੋਸ਼ੀ ਵੱਧ ਜਿਹੜੇ ਆ ਵਧਾਏ ਵੀ ਜਾਣਗੇ, ਧਰਾਵਾਂ ਜੋ ਅੱਗੇ ਬਣਨਗੀਆਂ ਵਧਾਈਆਂ ਘਟਾਈਆਂ ਵੀ ਜਾਣਗੀਆਂ। ਆਪਾਂ ਚੈੱਕ ਕਰ ਲਾਂਗੇ ਵੀ ਕੋਈ ਦੂਸਰਾ ਬੰਦਾ ਡਿਊਟੀ ਤੇ ਹੈ ਜਾਂ ਨਹੀਂ ਹੈ, ਜੇ ਔਨ ਡਿਊਟੀ ਨੇ ਉਵੇਂ ਦੀ ਐਕਸ਼ਨ ਕੀਤਾ। ਸਰ ਮਾਨਯੋਗ ਅਦਾਲਤ ਦੇ ਆਦੇਸ਼ ਵੀ ਨੇ ਸੁਪਰੀਮ ਕੋਰਟ ਦੇ ਕਿ ਜਿਹੜੇ ਹੋਸਪਿਟਲ ਹੈ ਉੱਥੇ ਸੇਫਟੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਜ਼ਰੂਰ ਹੋਣਾ ਚਾਹੀਦਾ ਹੈ ਜੀ, ਨਾ ਉੱਥੇ ਕੈਮਰੇ ਨੇ ਨਾ ਉੱਥੇ ਕੋਈ ਸਿਕਿਉਰਿਟੀ ਨੇ, ਅਤੇ ਇਸ ਤਰ੍ਹਾਂ ਦਾ ਇੰਸੀਡੈਂਟ ਹੋ ਗਿਆ ਜੀ, ਇਹਦੇ ਲਈ ਵੀ ਕੋਈ ਸਟ੍ਰਿਕਟ ਐਕਸ਼ਨ? ਇਹਦੇ ਲਈ ਸਰ ਇਹ ਆ ਵੀ ਸਾਡੀ ਜਿਹੜੀ ਡਿਊਟੀ ਆ, ਆਪਾਂ ਪੁਲਿਸ 24 ਘੰਟੇ ਮੁਸਤੈਦੀ ਨਾਲ PCR ਉੱਥੇ ਲਗਾਈ ਹੋਈ ਆ, ਬਟ ਇਹ ਕੋਈ ਬਾਹਰੋਂ ਆ ਕੇ ਕੋਈ ਜਾਂ ਪੇਸ਼ੈਂਟ ਵੱਲੋਂ ਕੋਈ ਘਟਨਾ ਕੀਤੀ ਜਾਣੀ ਨਹੀਂ ਪਾਈ ਗਈ। ਕੈਮਰਿਆਂ ਬਾਰੇ ਆਪਾਂ ਚੈੱਕ ਕਰ ਲੈਂਦੇ ਹਾਂ ਅੱਗੇ ਵੀ, ਆਪਾਂ ਰਿਟਰਨ 'ਚ ਭੇਜਿਆ ਹੋਇਆ ਦੁਬਾਰਾ ਭਿਜਵਾ ਲੈਂਦੇ ਹਾਂ ਵੀ ਕਿਹੜੇ ਅਦਾਰੇ ਨੇ ਲਾਉਣੇ ਆ ਕੈਮਰੇ, ਪੁਲਿਸ ਉੱਥੇ ਗਸ਼ਤ ਕਰਦੀ ਆ। ਹਾਂ, ਇਹਨਾਂ ਦੇ ਇੰਪਲਾਈਜ਼ ਨੇ, ਆਪਣੇ ਇੰਪਲਾਈਜ਼ ਨੇ ਜਿਹਦੇ ਕੋਈ ਬਿੱਲ ਸੀਗੇ, ਇਸ ਕਰਕੇ ਇਹ ਚੀਜ਼ ਹੋਣੀ ਪਾਈ ਗਈ ਆ, ਕੋਈ ਬਾਹਰੋਂ ਨਹੀਂ ਹੋਇਆ। ਬਾਕੀ ਤਫਤੀਸ਼ ਆਪਾਂ ਚੈੱਕ ਕਰ। ਸਿਟੀ ਹਲਚਲ ਕੇ ਲੀਏ ਨੰਗਲ ਸਿੱਖ ਅਸ਼ੋਕ ਚੋਪੜਾ ਕੀ ਰਿਪੋਰਟ।